ਗੁਰੂ ਘਰ 'ਚ ਬੈਠੇ ਹਾਂ, ਗੁਰੂ ਘਰ ਦੀ ਗੱਲ ਕੀਤੀ ਆ, ਕੁਦਰਤ ਦੀ ਗੱਲ ਕੀਤੀ ਆ, ਰੁੱਖਾਂ ਦੀ ਗੱਲ ਕੀਤੀ ਆ, ਅਤੇ ਮੈਂ ਉਮੀਦ ਕਰਦਾ ਕਿ ਆਪਾਂ ਸਾਰਿਆਂ ਨੇ ਜਿਹੜਾ ਦਿਵਸ ਮਨਾਉਣ ਜਾ ਰਹੇ ਹਾਂ, ਗੁਰੂ ਨੂੰ ਆਪਾਂ ਗਿਫਟ ਕਰਨਾ 550 ਰੁੱਖ ਹਰੇਕ ਪਿੰਡ ਦੇ ਵਿੱਚ ਲਾਉਣ ਦਾ ਜਿਹੜਾ ਹੈਗਾ ਉਹ ਜਿਹੜੀ ਜ਼ਿੰਮੇਵਾਰੀ ਸਾਡੇ ਆਪਣੇ 'ਤੇ ਆ, ਅਤੇ ਇਕੱਲੇ ਲਾਉਣੇ ਨਹੀਂ ਸੰਭਾਲਣੇ ਵੀ ਆ। ਬੋਲੇ ਸੋ ਨਿਹਾਲ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਜੋ ਕਿ 2019 ਦੇ ਵਿੱਚ ਆ ਰਿਹਾ, ਔਰ ਅਸੀਂ ਅੱਜ ਇੱਥੋਂ ਨਾਰਾ ਦਿੱਤਾ 550 ਰੁੱਖ ਗੁਰੂ ਦੇ ਨਾਮ, ਅਤੇ ਜਿੰਨੇ ਵੀ ਵਾਲੰਟੀਅਰ ਸਾਡੇ ਕੋਲ ਪੰਜਾਬ ਭਰ ਤੋਂ ਇੱਥੇ ਪਹੁੰਚੇ ਨੇ ਉਹਨਾਂ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਅਤੇ ਵਿਉਂਤ ਬਣਾਈ ਹੈ ਕਿ ਉਹ ਆਪਣੇ ਆਪਣੇ ਇਲਾਕੇ ਦੇ ਵਿੱਚ ਜਾ ਕੇ 550 ਰੁੱਖ ਇੱਕ ਤੋਹਫੇ ਵਜੋਂ ਤਿਆਰ ਕਰਨਗੇ ਔਰ ਗੁਰੂ ਨਾਨਕ ਪਾਤਸ਼ਾਹ ਨੂੰ ਇਹ ਪੇਂਟ ਕਰਨਗੇ, ਔਰ ਇਹ ਪੇਂਟ ਤਿਆਰ ਹੋਏਗੀ 2019 ਤੱਕ, ਔਰ ਆਉਣ ਵਾਲੀਆਂ ਨਸਲਾਂ ਇਹਨੂੰ ਯਾਦ ਰੱਖਣਗੀਆਂ। ਕਿਹੜੇ ਰੁੱਖ ਲਗਾਉਣੇ ਹੈ, ਕਿੱਥੇ ਲਗਾਉਣੇ ਹੈ, ਘਰਾਂ ਦੇ ਅੰਦਰ ਕਿਹੜੇ ਲੱਗ ਸਕਦੇ ਹੈ, ਬਾਹਰ ਕਿਹੜੇ ਲੱਗ ਸਕਦੇ ਹੈ, ਉਹ ਸਾਰੇ ਕੁਐਸਚਨਾਂ ਦੇ ਆਂਸਰ ਇੱਕ ਛੋਟੀ ਜਿਹੀ ਕਿਤਾਬ ਜੋ ਕਿ ਸਰਦਾਰ ਬਲਵਿੰਦਰ ਸਿੰਘ ਲੱਖੇਵਾਲੀ ਜੀ ਨੇ ਲਿਖੀ ਹੈ, ਜੋ ਇੱਕ ਵਾਤਾਵਰਨ ਮਾਹਿਰ ਨੇ, ਔਰ ਮੇਰੇ ਖਿਆਲ ਕੋਈ ਚੀਜ਼ ਜਿਹੜੀ ਹੈ ਰੋਕ ਨਹੀਂ ਸਕਦੀ ਇਸ ਟੀਚੇ ਨੂੰ ਪੂਰਾ ਕਰਨ ਤੋਂ, ਕਿਉਂਕਿ ਹੁਣ ਸਾਡੇ ਮਨ ਦੇ ਵਿੱਚ ਉਹ ਵੀ ਸੀਗਾ ਕਿ ਅਸੀਂ ਰੁੱਖ ਲਗਾਉਣੇ ਹੈ, ਅਤੇ ਸਾਨੂੰ ਸੋਲਿਊਸ਼ਨ ਵੀ ਪਤਾ ਲੱਗ ਗਿਆ ਕਿਹੜੇ ਰੁੱਖ ਔਰ ਕਿੱਥੇ ਲਗਾਉਣੇ ਹੈ। ਕਿ ਰੁੱਖਾਂ ਦੇ ਬਾਰੇ 'ਚ ਮੇਰਾ ਖਿਆਲ ਕੰਪਲੀਟ ਜਾਣਕਾਰੀ ਇਸ ਦੇ ਵਿੱਚ ਹੈਗੀ ਆ, ਲੱਗਦੀ ਬਹੁਤ ਛੋਟੀ ਜਿਹੀ ਆ ਕਿਤਾਬ, ਪਰ ਗਾਗਰ 'ਚ ਸਾਗਰ ਵਾਲੀ ਗੱਲ ਹੈਗੀ ਆ ਕਿ ਇਹਦੇ ਵਿੱਚ ਸਾਰਾ ਕੁਛ ਹੀ ਭਰਿਆ ਹੋਇਆ। ਸਾਡੇ ਭਰਾ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਅਤੇ ਇੱਕੋ ਸਿੱਖ ਦਾ ਬਹੁਤ ਹੀ ਵਧੀਆ ਉਪਰਾਲਾ ਹੈ, ਇਸ ਵਾਸਤੇ ਇਹ ਸਾਰੇ ਸ਼ਲਾਘਾ ਦੇ ਪਾਤਰ ਆ। ਅੱਜ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਰਿਹਾ। ਅਸੀਂ ਅਜੇ ਤੱਕ 500-700 ਪਲਾਂਟ ਲਗਾ ਚੁੱਕੇ ਹਾਂ, ਪਰ ਸਾਨੂੰ ਜਿੰਨੀਆਂ ਬਰੀਕੀਆਂ ਟੈਕਨੀਕਲ ਬਰੀਕੀਆਂ ਦੱਸੀਆਂ ਅਜੇ ਤੱਕ ਸਾਨੂੰ ਬਹੁਤ ਘੱਟ ਪਤਾ ਸੀ। ਅਸੀਂ ਤਪਾ ਮੰਡੀ ਦੇ ਤਾਂ ਗ੍ਰੀਨ ਵੇਵ ਕਲੱਬ ਦੇ ਤੌਰ 'ਤੇ ਕੰਮ ਕਰ ਰਹੇ ਹਾਂ। ਅਸੀਂ ਇੱਕੋ ਸਿੱਖ ਦੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਕੰਮ ਕਰਨਾ ਚਾਹਾਂਗੇ, ਅਤੇ ਬਰਨਾਲਾ ਦੇ ਵਿੱਚ ਮੈਂ ਇੱਕੋ ਸਿੱਖ ਦੀ ਟੀਮ ਤਿਆਰ ਕਰਨੀ ਚਾਹਾਂਗਾ। ਅਸੀਂ ਆਪਣੇ ਯੂਨੀਅਨ ਮੈਂਬਰ ਰਾਹੀਂ ਜਿੰਨੇ ਵੀ ਮੈਂਬਰ ਨੇ ਉਹਨਾਂ ਦਾ ਇੱਕ ਟੀਚਾ ਉਲੀਚਿਆ ਕਿ ਅਗਰ ਕਿਸੇ ਦਾ ਵੀ ਜਨਮਦਿਨ ਹੁੰਦਾ ਤਾਂ ਉਸਦੇ ਅਸੀਂ 5 ਪੌਦੇ ਲਗਾਵਾਂਗੇ। ਅੱਜ ਗੁਰੂ ਮਹਾਰਾਜ ਨੇ ਉਹੀ ਟੀਚਾ ਮੈਨੂੰ ਵੱਡਾ ਕਰਕੇ 550 ਬੂਟੇ ਲਾਉਣ ਦਾ ਦਿੱਤਾ ਹੈ, ਅਤੇ ਜੋ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ। 550 ਰੁੱਖ ਗੁਰੂ ਦੇ ਨਾਮ, ਅਤੇ ਸਾਡੇ ਕੋਲ ਪੰਜਾਬ ਭਰ ਤੋਂ ਇੱਥੇ ਵਲੰਟੀਅਰਸ ਆਏ ਨੇ, ਜਿਹੜੇ ਪੰਜਾਬ ਦੇ ਕੋਨੇ ਕੋਨੇ ਤੋਂ ਹਰ ਡਿਸਟ੍ਰਿਕਟ ਤੋਂ ਇੱਥੇ ਵਲੰਟੀਅਰਸ ਪਹੁੰਚੇ ਨੇ, ਕਰੀਬ 100 ਤੋਂ ਉੱਪਰ, ਅਤੇ ਇਹਨਾਂ ਸਾਰਿਆਂ ਨੇ ਜਿਹੜੇ ਰੁੱਖ ਲਗਾ ਰਹੇ ਨੇ, ਅਤੇ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਇਹਨਾਂ ਨੂੰ ਟੀਚਾ ਦਿੱਤਾ ਜਾ ਰਿਹਾ ਕਿ ਹਰੇਕ ਪਿੰਡ ਦੇ ਵਿੱਚ 550 ਰੁੱਖ ਜਿਹੜੇ ਘੱਟੋ ਘੱਟ ਲਾ ਕੇ ਗੁਰੂ ਜੀ ਦੇ ਨਾਮ 'ਤੇ ਲਗਾ ਕੇ 2019 ਤੱਕ ਉਹਨਾਂ ਨੂੰ ਜਿਹੜਾ ਇਹ ਤੋਹਫਾ ਦਿੱਤਾ ਜਾਵੇ, ਤਾਂ ਕਿ ਧਰਤੀ 'ਤੇ ਜਿਹੜਾ ਖਾਸ ਕਰਕੇ ਪੰਜਾਬ ਦੇ ਉੱਤੇ ਜਿਹੜਾ ਵਾਤਾਵਰਨ ਦਾ ਜਿਹੜਾ ਕ੍ਰਾਈਸਿਸ ਛਾਇਆ ਹੋਇਆ, ਹਰ ਪਾਸੇ ਜਿਹੜੇ ਵਾਤਾਵਰਨ ਗਰਮ ਹੋ ਰਿਹਾ, ਪਾਣੀ ਪ੍ਰਦੂਸ਼ਿਤ ਹੋ ਰਹੇ ਨੇ, ਹਵਾ ਗੰਦਲੀਆਂ ਹੋ ਰਹੀਆਂ, ਅਤੇ ਇਹਦਾ ਸਭ ਤੋਂ ਸਰਲ ਤਰੀਕਾ ਇੱਕੋ ਹੀ ਹੈ ਕਿ ਰੁੱਖ ਲਗਾਈਏ, ਬਿਰਖਾਂ ਹੇਠ ਸਭ ਜੰਤ ਇਕੱਠੇ। ਇਸ ਗੁਰੂ ਸਾਹਿਬ ਨੇ ਜਿਹੜਾ ਫਰਮਾਨ ਦਿੱਤਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਹ ਬੜਾ ਵਿਜ਼ਨਰੀ ਇੱਕ ਸਾਨੂੰ ਤੁੱਕ ਦਿੱਤੀ ਹੈ, ਸਾਨੂੰ ਡਾਇਰੈਕਸ਼ਨ ਦਿੱਤੀ ਹੈ, ਅਤੇ ਜੇ ਉਹਨਾਂ ਦਾ 550 ਸਾਲ ਅਸੀਂ ਮਨਾਉਣਾ ਗੁਰਪੁਰਬ, ਤਾਂ ਇਹੀ ਬਣਦਾ ਕਿ ਅਸੀਂ ਉਹਨਾਂ ਦੇ ਕੁੱਲ 'ਚੋਂ ਹਾਂ। ਜੇ ਕੁੱਲ ਵਾਲੇ ਆਪਣੇ ਪਿਓ ਦੀ ਜਾਇਦਾਦ ਨਹੀਂ ਸਾਂਭਣਗੇ, ਉਹਦਾ ਹੁਕਮ ਨਹੀਂ ਸੰਭਾਲੇਗਾ, ਤਾਂ ਹੋਰ ਕੌਣ ਸੰਭਾਲੇਗਾ। ਪੈਣਗੇ ਉਜਾੜੇ ਜੇ ਗਈਆਂ ਨਾ ਸੰਭਾਲੀਆਂ, ਰੁੱਖ ਵੱਢੀ ਜਾਂਦੇ ਹੋ ਛਾਵਾਂ ਕਿੱਥੋਂ ਲੱਭਣੀਆਂ, ਰੁੱਖ ਵੱਢੀ ਜਾਂਦੇ ਹੋ ਤਾਂ ਛਾਵਾਂ ਮੁੱਕ ਜਾਣੀਆਂ, ਧੀਆਂ ਮੁੱਕ ਗਈਆਂ ਤਾਂ ਮਾਵਾਂ ਮੁੱਕ ਜਾਣੀਆਂ।